ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਇੰਦਰਪ੍ਰੀਤ ਸਿੰਘ ਬਲੌਗਸ ਇੱਕ ਨਵੀਂ ਵੀਡੀਓ ਨਾਲ ਆਇਆ ਅਤੇ ਫਿਰ ਮੋਰਨਿੰਗ ਦੇ ਵੱਜ ਚੁੱਕੇ 10 ਅਤੇ ਆਪਾਂ ਚੱਲਦੇ ਹੁਣ ਸ਼ੀਸ਼ਗੰਜ ਗੁਰਦੁਆਰੇ ਅਤੇ ਤੁਹਾਨੂੰ ਸ਼ੀਸ਼ਗੰਜ ਗੁਰਦੁਆਰੇ ਦੇ ਦਰਸ਼ਨ ਕਰਵਾਉਣਾ ਅਤੇ ਮੈਨੂੰ ਲੱਗੇਗਾ 10-15 ਮਿੰਟ ਲੱਗੂਗੀ। ਕੱਲ੍ਹ ਮੈਂ ਤੁਹਾਨੂੰ ਬੰਗਲਾ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਅੱਜ ਆਪਾਂ ਕਰਨੇ ਆਪਾਂ ਸ਼ੀਸ਼ਗੰਜ ਗੁਰਦੁਆਰੇ ਦੇ। ਚਲੋ ਫਿਰ ਆਪਾਂ ਚੱਲਦੇ ਹਾਂ, ਹੁਣ ਬੱਸ ਫੜਦੇ ਹਾਂ ਅਤੇ ਫਿਰ ਆਪਾਂ ਚੱਲਦੇ ਹਾਂ ਸ਼ੀਸ਼ਗੰਜ ਗੁਰਦੁਆਰੇ। ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਸ਼ੀਸ਼ਗੰਜ ਗੁਰਦੁਆਰੇ ਪਹੁੰਚ ਗਏ ਹਾਂ ਅਤੇ ਆਪਾਂ ਹੁਣ ਚੱਲਦੇ ਹਾਂ ਗੁਰਦੁਆਰੇ ਅੰਦਰ ਮੱਥਾ ਟੇਕਣ ਅਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਚਲੋ ਫਿਰ ਆਪਾਂ ਚੱਲਦੇ ਹਾਂ। ਹਾਂਜੀ, ਆਪਾਂ ਚੱਲਦੇ ਫਿਰ ਹੁਣ ਗੁਰਦੁਆਰੇ ਦੇ ਅੰਦਰ ਪੈਰ ਧੋ ਕੇ ਅਤੇ ਮੱਥਾ ਟੇਕਣ ਚੱਲਦੇ ਹਾਂ ਅਤੇ ਤੁਹਾਨੂੰ ਵੀ ਅੰਦਰ ਜਾ ਕੇ ਦਰਸ਼ਨ ਕਰਵਾਉਂਦੇ ਹਾਂ ਅਤੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੱਲਦੇ ਹਾਂ ਫਿਰ ਆਪਾਂ ਵੀ ਅੰਦਰ ਅਤੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਹਾਂ ਅੰਦਰ ਜਾ ਕੇ। ਅਤੇ ਰੌਣਕਾਂ ਲੱਗੀਆਂ ਹੋਈਆਂ, ਬਹੁਤ ਸੋਹਣਾ ਅੰਦਰ ਦੀ ਗੁਰਦੁਆਰਾ ਹੈ ਅਤੇ ਤੁਹਾਨੂੰ ਵੀ ਦਿਖਾਉਂਦੇ ਅੰਦਰ ਜਾ ਕੇ। ਇਹ ਨਿਸ਼ਾਨ ਸਾਹਿਬ ਹੈਗਾ ਅਤੇ ਆਪਾਂ ਚੱਲਦੇ ਹਾਂ ਅੰਦਰ। ਜੀ ਆਪਾਂ ਲੰਗਰ ਘਰ ਆ ਗਏ ਹਾਂ, ਸਵੇਰ ਦੇ ਵੱਜੇ ਹਨ 10, ਲੰਗਰ ਤਾਂ ਅਗਲੇ 12 ਵਜੇ ਪੱਕੂਗਾ ਅਤੇ ਚਾਹ ਦੁੱਧ ਬਿਸਕੁਟ ਚੱਲ ਰਹੇ ਨੇ। ਮਤੀ ਦਾਸ ਜੀ ਦਾ, ਬਾਬਾ ਮਤੀ ਦਾਸ ਜੀ ਦਾ ਚੌਕ ਬਣਾਇਆ ਗਿਆ ਅਤੇ ਤੁਹਾਨੂੰ ਵੀ ਦੱਸਣਾ ਮੈਂ ਮਤੀ ਦਾਸ ਜੀ ਹੈ ਕੌਣ ਸੀ। ਬਾਬਾ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਜੀ ਨਾਲ ਰਹਿੰਦੇ ਸੀ। ਉਹ ਬਹੁਤ ਜ਼ਿਆਦਾ ਸੇਵਾ ਕਰਦੇ ਸੀ, ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਅਤੇ ਜ਼ਖਮਾਂ 'ਤੇ ਵੀ ਦਵਾਈ ਮੱਲਮ ਪੱਟੀ ਲਗਾਉਂਦੇ ਸੀ। ਨਾ ਨਾ